ATM ਦੇ ਵਿੱਚੋਂ ਕੈਸ਼ ਚੋਰੀ ਹੋ ਜਾਣ ਦੀਆਂ ਖਬਰਾਂ ਤੁਸੀਂ ਅਕਸਰ ਸੁਣੀਆਂ ਹੋਣਗੀਆਂ ਤੇ ਹੁਣ ਤਾਜ਼ਾ ਮਾਮਲੇ ਦੇ ਵਿੱਚ ਵੀ ATM ਦੇ ਵਿੱਚ ਚੋਰੀ ਹੋਈ ਹੈ ਲੇਕਿਨ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਇਸ ਮਾਮਲੇ ਦੇ ਵਿੱਚ ਚੋਰੀ ਕਰਨ ਵਾਲੇ ਨੇ ATM ਦੇ ਵਿੱਚ ਪਿਆ ਕੈਸ਼ ਚੋਰੀ ਨਹੀਂ ਕੀਤਾ ਬਲਕਿ ਦਿਨ ਦਿਹਾੜੇ ਉਸਨੇ ਇਸ ਘਟਨਾ ਨੂੰ ਅੰਜਾਮ ਤਾਂ ਦਿੱਤਾ ਲੇਕਿਨ ਆਪਣੇ ਸਾਥੀ ਦੇ ਨਾਲ ਆਏ ਚੋਰ ਨੇ ਇਸ ATM ਕੈਬਨ ਦੇ ਵਿੱਚੋਂ AC ਚੋਰੀ ਕੀਤਾ। ਜੀ ਹਾਂ, ਤੁਸੀਂ CCTV ਕੈਮਰੇ ਦੀ ਤਸਵੀਰ ਸਾਫ ਵੇਖ ਸਕਦੇ ਹੋ ਕਿ ਕਿਵੇਂ ਦੋ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ATM ਦੇ ਕੋਲ ਆਉਂਦੇ ਨੇ ਤੇ ਜਦੋਂ ਉਹ ATM ਕੈਬਨ ਦੇ ਅੰਦਰ ਵੜਦੇ ਨੇ ਤਾਂ ਉਹਨਾਂ ਵਿੱਚੋਂ ਇੱਕ ਵਿਅਕਤੀ ਨੇ AC ਹੀ ਚੋਰੀ ਕੀਤਾ ਤੇ ਆਪਣੇ ਸਾਥੀ ਦੇ ਨਾਲ ਉਸ AC ਨੂੰ ਲੈ ਕੇ ਪ੍ਰਭੂ ਚੱਕਰ ਹੋ ਗਿਆ। ਸੰਜੇ ਨਾਰੰਗ ਕਿਹੜੀ ਬੈਂਕ ਜੀ? ਸਟੇਟ ਬੈਂਕ ਆਫ ਇੰਡੀਆ। ਸਰ, ਇੱਕ ਜਿਹੜਾ ATM ਦੇ ਵਿੱਚੋਂ AC ਚੋਰੀ ਹੋਇਆ, ਕੀ ਸਾਰਾ ਕਾਰਨ, ਕਿਹੜੇ ਦਿਨ ਚੋਰੀ ਹੋਇਆ? ਐਤਵਾਰ ਸ਼ਾਮ ਨੂੰ 7:15 ਉਹਨਾਂ ਨੇ ਕੋਈ ਇੰਸਪੈਕਟਰ ਹੈ ਗੁਰਤੇਜ ਸਿੰਘ ਜੀ, ਉਹਨਾਂ ਨਾਮ ਦੱਸਿਆ ਸੀ ਵੀ ਉਹ ਆਉਣਗੇ। ਓਕੇ, ਪਰ ਸਾਡੇ ਕੋਲ ਹਾਲੇ ਤੱਕ ਕੋਈ ਨਹੀਂ ਪਹੁੰਚਿਆ। ਕਿੰਨੇ ਦਿਨ ਹੋ ਗਏ ਇਸ ਗੱਲ ਨੂੰ? 11 ਤਰੀਕ ਨੂੰ ਇਨਫੋਰਮ ਕੀਤਾ ਉਹਨਾਂ ਨੂੰ ਸ਼ਾਮ ਨੂੰ 7:15 ਜੋ CCTV ਦੇ ਹਿਸਾਬ ਨਾਲ ਹੈ ਵੀ 7:15 ਦੇ ਕਰੀਬ ਬੰਦੇ ਆਏ ਨੇ ਅਤੇ ਦੋ ਬੰਦੇ ATM 'ਚ ਖੜ੍ਹੇ ਹੋਏ ਨੇ। ਇੱਕ ਨੇ ਡਸਟਬਿਨ ਨੂੰ ਉਲਟਾ ਮਾਰਿਆ ਅਤੇ ਉੱਪਰ ਚੜ੍ਹ ਕੇ ਤਾਰਾਂ ਕੱਟੀਆਂ ਨੇ ਅਤੇ ਅੰਦਰਲਾ ਯੂਨਿਟ ਉਤਾਰ ਕੇ ਅਤੇ ਲੈ ਗਏ ਨੇ। ਮੈਨੂੰ 30 ਸਾਲ ਤੋਂ ਉੱਪਰ ਹੋ ਗਏ ਨੌਕਰੀ ਕਰਦੇ ਨੂੰ, ਪਰ ਹਾਲੇ ਤੱਕ ਕਦੀ ਇਸ ਤਰ੍ਹਾਂ ਨਹੀਂ ਹੋਇਆ। ਦੋ ਮਹੀਨੇ ਪਹਿਲਾਂ ਮੋਟਰਸਾਈਕਲ ਤੋਂ ਚੋਰੀ ਹੋਣ ਦੀ ਘਟਨਾ ਵਾਪਰੀ ਸੀਗੀ। ਉਹ ਮੋਟਰਸਾਈਕਲ ਬੈਂਕ ਦਾ ਸੀ ਜਾਂ ਕੋਈ ਆਪਣੇ ਵੈਸੇ ਬੈਂਕ ਦਾ ਹੀ ਮੋਟਰਸਾਈਕਲ ਸੀ? ਉਹਦੇ ਸੰਬੰਧੀ ਵੀ ਜਿਹੜਾ ਪੁਲਿਸ ਨੂੰ ਸੂਚਿਤ ਕੀਤਾ ਜੀ, ਦੱਸਿਆ ਗਿਆ ਸੀ ਤੇ ਮਿਲਿਆ ਜੀ ਉਹ ਦਾ ਕੋਈ ਸੁਰਾਗ ਨਹੀਂ? ਨਹੀਂ। ਤੇ ਕੋਈ ਜਾਂਚ ਕਰਨ ਵੀ ਆਏ ਸੀ ਜਾਂ ਜਦੋਂ ਇਨਫੋਰਮ ਕੀਤਾ? ਨਹੀਂ ਨਹੀਂ। ਓਕੇ, ਦੋ ਘਟਨਾ ਹੋ ਗਈਆਂ, ਦੋਵੇਂ ਹੁੰਦਾ ਹੀ ਕੋਈ ਜਾਂਚ? ਕੋਈ ਜਾਂਚ ਨਹੀਂ। ਤੁਹਾਨੂੰ ਦੱਸ ਦਈਏ ਕਿ ਇਸ ਘਟਨਾ ਦੀ ਸੂਚਨਾ ਬੈਂਕ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ, ਲੇਕਿਨ ਪੁਲਿਸ ਵੱਲੋਂ ਅਜੇ ਤੱਕ ਇਸ ਘਟਨਾ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਜਗਬਾਣੀ TV ਲਈ ਮੋਗਾ ਤੋਂ ਓਕਾੜਾ ਦੀ ਰਿਪੋਰਟ।